क्रांतिकारी मार्क्सवादी पक्षाच्या जालंधर पंजाब येथे अधिकारी रॅली आयोजित, शेतकरी कामगार वर्ग 50,000 वर उपस्थिती होती. या सभेला संबोधित करण्यासाठी महाराष्ट्रातून कॉम्रेड रमेश ठाकूर, कॉम्रेड राजेंद्र परांजपे, कॉम्रेड बळीराम चौधरी, कॉम्रेड संजोत राऊत यांनी उपस्थिती देऊन मार्गदर्शन केले. ਜਿਹੜੀਆਂ ਸਾਡਾ ਖੂਨ ਜੋੜ ਰਹੀਆਂ ਅਤੇ ਉਸੇ ਮੋਟਰਸਾਈਕਲ ਨੇ ਫਿਰ ਕਿਹਾ ਸੀ ਦਾਦੀਆਂ ਕਲਮਾਂ ਅਤੇ ਹਥੌੜੇ ਇਕੱਠੇ ਕਰ ਲਓ, 7,000 ਰਲ ਕੇ ਇੱਕ ਦਸੂਰ ਬਣਾਈਏ, ਯੁੱਧ ਹੋਵੇ ਪ੍ਰਚੰਡ ਯਾਰ. ਤੁਸੀਂ ਯੁੱਧ ਕਰਨ ਉੱਤੇ ਪਹੁੰਚੇ ਹੋ, ਯੁੱਧ ਦੇ ਮੈਦਾਨ 'ਚੋਂ ਆਏ ਹੋ, ਅੱਜ ਏਕਤਾ ਦਾ ਦਿਖਾਵਾ ਕਰ ਰਹੇ ਹੋ. ਮੈਂ ਖਾਸ ਤੌਰ 'ਤੇ ਕਿਸਾਨੀ ਮੰਗਾਂ ਉੱਤੇ ਗੱਲ ਕਰਨੀ ਆ. ਗੁਰਨਾਮ ਸਿੰਘ ਦੋਧ ਮਜ਼ਦੂਰਾਂ ਦੇ ਹਾਲਾਤਾਂ ਬਾਰੇ ਦੱਸ ਕੇ ਗਿਆ, ਭੁੱਖੇ ਨੰਗੇ ਰੋਟੀ ਤੋਂ ਵਿਲਕਦੇ ਵਿਲਕਦੇ ਦੇ ਸ਼ਿਕਾਰ ਦਿਹਾਤੀ ਮਜ਼ਦੂਰ, ਅਤੇ ਦੂਜੇ ਪਾਸੇ ਜਿਹਨਾਂ ਨੂੰ ਖੁਸ਼ਹਾਲ ਗਿਣਿਆ ਜਾਂਦਾ ਹਿੰਦੁਸਤਾਨ ਦਾ ਆਂਦਾ ਦਾ, ਅੱਜ ਖੁਦਕਸ਼ੀਆਂ ਦੇ ਰਾਹ ਪਿਆ ਆ. ਅਤੇ ਖੁਦਕਸ਼ੀਆਂ ਵੀ ਉੱਥੇ ਹੋ ਰਹੀਆਂ ਜਿੱਥੇ ਵੱਧ ਅਨਾਜ ਵਾਧਾ ਕੀਤਾ ਨਵੀਆਂ ਟੈਕਨੀਕਾਂ ਦੇ ਨਾਲ, ਚਾਹੇ ਉਹ ਆਂਧਰਾ ਹੋਵੇ, ਚਾਹੇ ਮਹਾਰਾਸ਼ਟਰ ਹੋਵੇ ਅਤੇ ਚਾਹੇ ਪੰਜਾਬ ਹੋਵੇ. ਪਿਛਲੇ 10 ਸਾਲਾਂ ਦੇ ਵਿੱਚ ਸਾਥੀਆਂ ਨੂੰ ਪਿੱਛੇ ਦੇਖਣ ਲਈ ਥਾਂ ਨਹੀਂ ਮਿਲ ਰਹੀ, ਉਹਨਾਂ ਨੂੰ ਮੈਂ ਬੇਨਤੀ ਕਰਦਾ.